ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਦੇਖੋ ਇਸ ਵੀਡੀਓ ਦੇ ਵਿੱਚ ਆਪਾਂ ਬੀਏ ਸੈਮੈਸਟਰ 1st ਉਸ ਦੀ ਜਿਹੜੀ ਆਪਾਂ ਸ਼ਾਰਟ ਸਟੋਰੀ ਜਿਹੜੀ ਉਹ ਕੀਤੀ ਸੀ ਦ ਡਾਕਟਰਜ਼ ਵਰਡ ਇਸ ਸਟੋਰੀ ਦੇ ਲੌਂਗ ਕੁਐਸਚਨ ਨੇ ਜਿਹੜੇ ਉਹ ਆਪਾਂ ਕਰ ਚੁੱਕੇ ਆਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਸਟੋਰੀ ਦੇ ਸ਼ਾਰਟ ਕੁਐਸਚਨ ਸ਼ਾਰਟ ਕੁਐਸਚਨਸ ਨੇ ਜਿਹੜੇ ਉਹ ਸਾਰੇ ਆਪਾਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਦੇਖੋ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਕੁਐਸਚਨ ਨੰਬਰ 1 ਕੈਰੈਕਟਰ ਸਕੈਚ ਆਫ ਡਾਕਟਰ ਰਮਨ ਇਹ ਆਪਾਂ ਲੌਂਗ ਦੇ ਵਿੱਚ ਵੀ ਕੀਤਾ ਹੈ ਤੇ ਇਹ ਸ਼ਾਰਟ ਦੇ ਵਿੱਚ ਵੀ ਆ ਸਕਦਾ ਹੈ ਸੋ ਸ਼ਾਰਟ ਲਈ ਵੀ ਆਪਾਂ ਇਸ ਦੀ ਤਿਆਰੀ ਕਰਨੀ ਹੈ ਸੋ ਦੇਖੋ ਸਟਾਰਟ ਕਰਦੇ ਆਂ ਕੈਰੈਕਟਰ ਸਕੈਚ ਆਫ ਡਾਕਟਰ ਰਮਨ ਡਾਕਟਰ ਰਮਨ ਇਜ਼ ਐਨ ਇੰਪੋਰਟੈਂਟ ਕੈਰੈਕਟਰ ਇਨ ਦ ਸਟੋਰੀ ਦ ਡਾਕਟਰਸ ਵਰਡ ਇੱਕ ਇੰਪੋਰਟੈਂਟ ਕੈਰੈਕਟਰ ਐਸ ਸਟੋਰੀ ਦਾ ਹੀ ਇਜ਼ ਅ ਗ੍ਰੇਟ ਡਾਕਟਰ ਬਹੁਤ ਵਧੀਆ ਉਹ ਡਾਕਟਰ ਹੈ एवरीवन ਟਰਸਟਸ ਹਿਮ ਸਾਰੇ ਹੀ ਜਿਹੜੇ ਲੋਕ ਨੇ ਉਸ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਜਿਹੜੇ ਨੇ ਉਹ ਕਰਦੇ ਨੇ ਹੀ ਡਸਨਟ ਹਾਈਡ ਐਨੀਥਿੰਗ ਫਰਮ ਹਿਸ ਪੇਸ਼ੈਂਟ ਆਪਣੇ ਪੇਸ਼ੈਂਟ ਤੋਂ ਉਹ ਮਤਲਬ ਕੋਈ ਵੀ ਚੀਜ਼ ਹੈ ਜਿਹੜੀ ਉਹ ਲੁਕਾ ਕੇ ਨਹੀਂ ਰੱਖਦਾ ਸਾਰੀ ਗੱਲ ਆਪਣੇ ਪੇਸ਼ੈਂਟ ਨੂੰ ਸੱਚ ਸੱਚ ਦੱਸਦਾ ਝੂਠ ਨਹੀਂ ਬੋਲਦਾ ਹੀ ਟੈਲਸ ਦਾ ਪੇਸ਼ੈਂਟ ਦਾ ਹੋਲ ਟਰੂਥ ਅਬਾਊਟ ਹਿਸ ਇਲਨੈਸ ਮਤਲਬ ਕਿ ਉਸ ਦੀ ਬਿਮਾਰੀ ਦੇ ਸੰਬੰਧ ਦੇ ਵਿੱਚ ਪੇਸ਼ੈਂਟ ਨੂੰ ਹਰ ਇੱਕ ਚੀਜ਼ ਜਿਹੜੀ ਉਹ ਸੱਚ ਦੱਸਦਾ ਝੂਠ ਨਹੀਂ ਬੋਲਦਾ ਇਫ ਹੀ ਫੀਲਸ ਦੈਟ ਦਾ ਪੇਸ਼ੈਂਟ ਕੈਨ ਨਾਟ ਬੀ ਸੇਵਡ ਜੇਕਰ ਉਸ ਨੂੰ ਇਹ ਚੀਜ਼ ਲੱਗਦੀ ਹੈ ਕਿ ਜਿਹੜਾ ਪੇਸ਼ੈਂਟ ਹੈ ਉਸ ਨੂੰ ਬਚਾਇਆ ਨਹੀਂ ਜਾ ਸਕਦਾ ਉਸ ਦੀ ਜਿਹੜੀ ਹਾਲਤ ਹੈ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈ ਦੈਨ ਹੀ ਟੈਲਸ ਦਾ ਟਰੂਥ ਤਾਂ ਉਹ ਕੀ ਹੈ ਸੱਚਾਈ ਦੱਸ ਦਿੰਦਾ ਮਤਲਬ ਪੇਸ਼ੈਂਟ ਨੂੰ ਦੱਸ ਦਿੰਦਾ ਕਿ ਤੇਰੀ ਹਾਲਤ ਬਹੁਤ ਜ਼ਿਆਦਾ ਨਾ ਚੁੱਕਾ ਤੈਨੂੰ ਨਹੀਂ ਬਚਾਇਆ ਜਾ ਸਕਦਾ ਬਟ ਇਫ ਹੀ ਥਿੰਕਸ ਦੈਟ ਦਾ ਪੇਸ਼ੈਂਟ ਕੈਨ ਬੀ ਸੇਵਡ ਪਰ ਜੇਕਰ ਉਸ ਨੂੰ ਲੱਗੇ ਕਿ ਪੇਸ਼ੈਂਟ ਹੈ ਜਿਹੜਾ ਬਚਾਇਆ ਜਾ ਸਕਦਾ ਉਸ ਨੂੰ ਉਸ ਦੀ ਉਮੀਦ ਹੈਗੀ ਹੈ ਬਚਨ ਦੀ ਦੈਨ ਹੀ ਡਸ ਹਿਸ ਬੈਸਟ ਟੂ ਸੇਵ ਦਾ ਪੇਸ਼ੈਂਟ ਤਾਂ ਉਹ ਮਤਲਬ ਉਸ ਮਰੀਜ਼ ਨੂੰ ਬਚਾਉਣ ਦੇ ਲਈ ਆਪਣਾ ਪੂਰਾ ਬੈਸਟ ਹੈ ਜਿਹੜਾ ਉਹ ਦਿੰਦਾ ਹੈ ਦੈਟਸ ਵਾਈ ਪੀਪਲ ਕਮ ਟੂ ਹਿਮ ਇਨ ਵੈਰੀ ਸੀਰੀਅਸ ਕੰਡੀਸ਼ਨ ਇਹੀ ਕਾਰਨ ਹੈ ਕਿ ਲੋਕ ਨੇ ਜਿਹੜੇ ਉਸ ਕੋਲ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੀ ਆਉਂਦੇ ਨੇ ਡਾਕਟਰ ਰਮਨ ਇਜ਼ ਅ ਟਰੂ ਐਂਡ ਲਾਇਲ ਫਰੈਂਡ ਉਹ ਇੱਕ ਸੱਚਾ ਅਤੇ ਇਮਾਨਦਾਰ ਹੈ ਜਿਹੜਾ ਦੋਸਤ ਵੀ ਹੈ ਉਹ ਹੀ ਇਜ਼ ਵੈਰੀ ਬੀਜ਼ੀ ਬਟ ਹੀ ਫਾਈਂਡਸ ਟਾਈਮ ਫਾਰ ਹਿਸ 올ਡ ਫਰੈਂਡ ਗੋਪਾਲ ਉਹ ਬਹੁਤ ਜ਼ਿਆਦਾ ਬੀਜੀ ਹੈ ਹਾਲਾਂਕਿ ਪਰ ਫਿਰ ਵੀ ਉਹ ਆਪਣੇ ਦੋਸਤ ਗੋਪਾਲ ਦੇ ਲਈ ਟਾਈਮ ਕੱਢਦਾ ਜੋ ਕਿ ਉਸ ਦਾ ਪੁਰਾਣਾ ਮਿੱਤਰ ਹੈ ਵੈਨ ਗੋਪਾਲ ਬਿਕਮਸ ਇਲ ਜਦੋਂ ਕੀ ਹੁੰਦਾ ਇੱਕ ਵਾਰ ਜਿਹੜਾ ਗੋਪਾਲ ਹੈ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਡਾਕਟਰ ਰਮਨ ਡਸ ਹਿਸ ਬੈਸਟ ਟੂ ਸੇਵ ਹਿਸ ਫਰੈਂਡ ਡਾਕਟਰ ਰਮਨ ਜਿਹੜਾ ਉਹ ਆਪਣਾ ਬੈਸਟ ਦਿੰਦਾ ਹੈ ਉਸ ਨੂੰ ਬਚਾਉਣ ਦੇ ਲਈ ਹੀ ਫੀਲਸ ਵੈਰੀ ਹੈਪੀ ਵੈਨ ਹਿਸ ਫਰੈਂਡ ਗੋਪਾਲ ਸਰਵਾਈਵਸ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਜਦੋਂ ਉਸ ਦਾ ਦੋਸਤ ਜਿਹੜਾ ਗੋਪਾਲ ਹੈ ਉਹ ਬਚ ਜਾਂਦਾ ਇਨ ਸ਼ਾਰਟ ਡਾਕਟਰ ਰਮਨ ਇਜ਼ ਅ ਸincere ਫਰੈਂਡ ਐਂਡ ਐਨ ਐਫੀਸ਼ੀਐਂਟ ਡਾਕਟਰ ਸੋ ਇਨ ਸ਼ਾਰਟ ਦੇ ਵਿੱਚ ਜਿਹੜਾ ਡਾਕਟਰ ਹੈ ਰਮਨ ਹੈ ਉਹ ਬਹੁਤ ਹੀ ਸincere ਇੱਕ ਦੋਸਤ ਹੈਗਾ ਅਤੇ ਐਫੀਸ਼ੀਐਂਟ ਡਾਕਟਰ ਤੇ ਇੱਕ ਬਹੁਤ ਹੀ ਵਧੀਆ ਉਹ ਡਾਕਟਰ ਹੈਗਾ ਸੋ ਨੈਕਸਟ ਕੁਐਸਚਨ ਦੇਖੋ ਆਪਣਾ ਸ਼ਾਰਟ ਸੈਕੰਡ ਰਾਈਟ ਦਾ ਥੀਮ ਆਫ ਦਾ ਸਟੋਰੀ ਦਾ ਡਾਕਟਰਸ ਵਰਡ ਆਪਾਂ ਇਸ ਸਟੋਰੀ ਦੀ ਥੀਮ ਹੈ ਜਿਹੜੀ ਆਪਾਂ ਨੂੰ ਸ਼ਾਰਟ ਦੇ ਵਿੱਚ ਆ ਸਕਦੀ ਹੈ ਸਟਾਰਟ ਕਰਦੇ ਹਾਂ ਆਰਕੇ ਨਰਾਇਣ ਦੀ ਸਟੋਰੀ ਦਾ ਡਾਕਟਰਸ ਵਰਡ ਇਜ਼ ਬੇਸਡ ਔਨ ਦਾ ਥੀਮ ਥੈਟ ਅ ਡਾਕਟਰਸ ਵਰਡ ਥੈਟ ਅ ਡਾਕਟਰਸ ਵਰਡ ਐਕਟ ਐਜ਼ ਅ ਮੈਡੀਸਿਨ ਔਨ ਅ ਪੇਸ਼ੀਐਂਟ ਐਸ ਸਟੋਰੀ ਜਿਹੜੀ ਥੀਮ ਹੈ ਉਹ ਇਹ ਹੈ ਜਿਹੜੇ ਡਾਕਟਰ ਦੇ ਸ਼ਬਦ ਨੇ ਜਿਹੜੇ ਇੱਕ ਡਾਕਟਰ ਦੇ ਸ਼ਬਦ ਨੇ ਉਹ ਐਕਟ ਕਰਦੇ ਨੇ ਉਹ ਕੀ ਐਕਟ ਕਰਦੇ ਨੇ ਐਜ਼ ਅ ਮੈਡੀਸਨ ਔਨ ਅ ਪੇਸ਼ੀਐਂਟ ਮਤਲਬ ਉਹ ਪੇਸ਼ੀਐਂਟ ਦੇ ਉੱਪਰ ਇੱਕ ਦਵਾਈ ਦਾ ਕੰਮ ਕਰਦੇ ਨੇ ਡਾਕਟਰ ਦੇ ਸ਼ਬਦ ਕਿਉਂਕਿ ਡਾਕਟਰ ਦਾ ਕਿਹਾ ਜਿਹੜਾ ਉਹ ਮਰੀਜ਼ ਨੂੰ ਅਕਸਰ ਸੱਚ ਹੀ ਲੱਗਦਾ ਇਫ ਅ ਪੇਸ਼ੀਐਂਟ ਇਜ਼ ਇਨ ਅ ਵੈਰੀ ਸੀਰੀਅਸ ਕੰਡੀਸ਼ਨ ਜੇਕਰ ਇੱਕ ਪੇਸ਼ੀਐਂਟ ਹੈ ਜਿਹੜਾ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਅ ਲਿਟਲ ਹੋਪ 기ਵਨ ਬਾਈ ਦ ਡਾਕਟਰ ਇਨਕਰੀਜ਼ਸ ਹਿਸ ਸੈਲਫ ਕੌਨਫੀਡੈਂਸ ਉਦੋਂ ਉਸ ਵਕਤ ਜਦੋਂ ਮਰੀਜ਼ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੁੰਦਾ ਜੇਕਰ ਉਸ ਵਕਤ ਇੱਕ ਛੋਟੀ ਜਿਹੀ ਜਿਹੜੀ ਆਸ ਹੈ ਉਮੀਦ ਹੈ ਇੱਕ ਡਾਕਟਰ ਹੈ ਜਿਹੜਾ ਉਸ ਨੂੰ ਦੇ ਦੇਵੇ ਪੇਸ਼ੈਂਟ ਨੂੰ ਤਾਂ ਮਤਲਬ ਇਨਕਰੀਜ਼ ਕਰਦੀ ਹੈ ਉਸ ਦੇ ਵਿੱਚ ਸੈਲਫ ਕੌਨਫੀਡੈਂਸ ਤਾਂ ਮਰੀਜ਼ ਦੇ ਵਿੱਚ ਇੱਕ ਸੈਲਫ ਕੌਨਫੀਡੈਂਸ ਹੈ ਜਿਹੜਾ ਉਹ ਆ ਜਾਂਦਾ ਹੈ ਥਿਸ ਇਜ਼ ਪ੍ਰੂਵਡ ਬਾਇ ਦਾ ਕੈਰੈਕਟਰ ਆਫ ਡਾਕਟਰ ਰਮਨ ਇਹ ਚੀਜ਼ ਹੈ ਜਿਹੜੀ ਡਾਕਟਰ ਰਮਨ ਦੇ ਕੈਰੈਕਟਰ ਦੇ ਦੁਆਰਾ ਇਹ ਚੀਜ਼ ਪ੍ਰੂਵ ਵੀ ਮਤਲਬ ਕੀਤੀ ਆਪਾਂ ਨੂੰ ਇਸ ਸਟੋਰੀ ਦੇ ਵਿੱਚ ਕਿ ਗੋਪਾਲ ਅਜ ਕਿਸ ਤਰ੍ਹਾਂ ਬਚ ਜਾਂਦਾ ਡਾਕਟਰ ਰਮਨ ਦੇ ਕਹਿਣ ਤੇ ਡਾਕਟਰ ਰਮਨ ਬਲੀਵਡ ਥੈਟ ਸਵੀਟ ਵਰਡਸ ਕੁਡ ਨੈਵਰ ਸੇਵ ਦਾ ਲਾਈਫ ਆਫ ਅ ਪੇਸ਼ੈਂਟ ਕਹਿੰਦਾ ਡਾਕਟਰ ਰਾਮਨ ਇਹ ਇਸ ਗੱਲ ਦੇ ਉੱਪਰ ਵਿਸ਼ਵਾਸ ਕਰਦਾ ਸੀ ਕਿ ਜਿਹੜੇ ਮਿੱਠੇ ਸ਼ਬਦ ਨੇ ਉਹ ਇੱਕ ਮਰੀਜ਼ ਦੀ ਜਾਨ ਹੈ ਜਿਹੜੀ ਉਹ ਨਹੀਂ ਬਚਾ ਸਕਦੇ who was about to die ਜਿਹੜਾ ਕਿ ਮਰਨ ਦੀ ਕਗਾਰ ਤੇ ਹੈਗਾ ਮਤਲਬ ਡਾਕਟਰ ਰਾਮ ਨੂੰ ਵਿਸ਼ਵਾਸ ਨਹੀਂ ਕਰਦਾ ਸੀਗਾ ਇਸ ਗੱਲ ਦੇ ਉੱਪਰ ਬਟ ਬੈਨ ਹੀ ਗਿਵਸ ਅ ਫਾਲਸ ਹੋਪ ਟੂ ਹਿਸ ਫਰੈਂਡ ਗੋਪਾਲ ਪਰ ਜਦੋਂ ਉਸਨੇ ਆਪਣੇ ਦੋਸਤ ਗੋਪਾਲ ਨੂੰ ਇੱਕ ਝੂਠੀ ਤਸੱਲੀ ਦਿੱਤੀ ਦੈਟ ਹੀ ਵਿਲ ਸਰਵਾਈਵ ਕਿ ਉਹ ਬਚ ਜਾਊਗਾ ਬਟ ਹੀ ਫੀਲਸ ਹੈਪੀ ਐਂਡ ਸਰਪ੍ਰਾਈਜ਼ਡ ਵੈਨ ਹਿਸ ਫਰੈਂਡ ਗੋਪਾਲ ਐਕਚੁਅਲੀ ਸਰਵਾਈਵਸ ਪਰ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਖੁਸ਼ ਵੀ ਹੁੰਦਾ ਤੇ ਸਰਪ੍ਰਾਈਜ਼ਡ ਵੀ ਹੁੰਦਾ ਕਿ ਜਦੋਂ ਉਸ ਦਾ ਜਿਹੜਾ ਦੋਸਤ ਹੈ ਗੋਪਾਲ ਉਹ ਸੱਚਮੁੱਚ ਹੀ ਬਚ ਜਾਂਦਾ ਹੈ ਸਿਰਫ ਡਾਕਟਰ ਰਾਮਨ ਦੇ ਇੱਕ ਸਿਰਫ ਝੂਠੀ ਤਸੱਲੀ ਦੇਣ ਤੇ ਥਸ ਦਾ ਵਰਡਸ ਆਫ ਅ ਡਾਕਟਰ ਸੇਵਡ ਗੋਪਾਲਸ ਲਾਈਫ ਇਸ ਤਰ੍ਹਾਂ ਜਿਹੜਾ ਗੋਪਾਲ ਹੈ ਉਸ ਦੀ ਜ਼ਿੰਦਗੀ ਬਚਾਉਂਦੇ ਨੇ ਇੱਕ ਡਾਕਟਰ ਦੇ ਜਿਹੜੇ ਨੇ ਸ਼ਬਦ ਐਂਡ ਅੱਗੇ ਦੇਖੋ ਆਪਣਾ 3rd ਸ਼ਾਰਟ ਕੁਸਚਨ ਹੈ ਜਿਹੜਾ ਰਾਈਟ ਅ ਸ਼ਾਰਟ ਨੋਟ ਓਨ ਦਾ ਫਰੈਂਡਸ਼ਿਪ ਆਫ ਡਾਕਟਰ ਰਮਨ ਐਂਡ ਗੋਪਾਲ ਡਾਕਟਰ ਰਮਨ ਅਤੇ ਗੋਪਾਲ ਦੀ ਜਿਹੜੀ ਆਪਸ ਦੀ ਉਹਨਾਂ ਦੀ ਦੋਸਤੀ ਹੈ ਉਸ ਦੇ ਉੱਪਰ ਮਤਲਬ ਇੱਕ ਨੋਟ ਲਿਖੋ ਸ਼ਾਰਟ ਨੋਟ ਲਿਖੋ ਜਾਂ ਫਿਰ ਆਪਾਂ ਨੂੰ ਇਹ ਆ ਸਕਦਾ ਹੈ ਹਾਊ ਡੂ ਦਾ ਡਾਕਟਰ ਐਂਡ ਪੇਸ਼ੈਂਟ ਨਾਓ ਈਚ ਅਦਰ ਕਿ ਇੱਕ ਡਾਕਟਰ ਤੇ ਪੇਸ਼ੈਂਟ ਇੱਕ ਦੂਸਰੇ ਨੂੰ ਕਿਸ ਤਰ੍ਹਾਂ ਜਾਣਦੇ ਸੀਗੇ ਡਿਸਕ੍ਰਾਈਬ THEIR ਰਿਲੇਸ਼ਨਸ਼ਿਪ ਤੇ ਉਹਨਾਂ ਦੇ ਰਿਲੇਸ਼ਨਸ਼ਿਪ ਨੂੰ ਡਿਸਕ੍ਰਾਈਬ ਕਰੋ ਮਤਲਬ ਉਹੀ ਗੱਲ ਹੈ ਗੋਪਾਲ ਅਤੇ ਡਾਕਟਰ ਰਮਨ ਦੀ ਹੀ ਗੱਲ ਕਰੀ ਜਾ ਰਹੀ ਹੈ ਸੋ ਦੇਖੋ ਸਟਾਰਟ ਕਰਦੇ ਆ ਡਾਕਟਰ ਰਮਨ ਵਾਸ ਅ ਗੁੱਡ ਡਾਕਟਰ ਐਸ ਵੈਲ ਐਸ ਅ ਗੁੱਡ ਫਰੈਂਡ ਜਿਹੜਾ ਡਾਕਟਰ ਰਮਨ ਹੈ ਉਹ ਬਹੁਤ ਹੀ ਵਧੀਆ ਇੱਕ ਡਾਕਟਰ ਹੈ ਅਤੇ ਨਾਲ ਹੀ ਨਾਲ ਇੱਕ ਬਹੁਤ ਹੀ ਵਧੀਆ ਦੋਸਤ ਵੀ ਹੈ ਗੋਪਾਲ ਗੋਪਾਲ ਵਾਸ ਡਾਕਟਰ ਰਮਨਸ ਚਾਈਲਡਹੂਡ ਫਰੈਂਡ ਜਿਹੜਾ ਗੋਪਾਲ ਹੈ ਉਹ ਡਾਕਟਰ ਦੇ ਬਚਪਨ ਦਾ ਦੋਸਤ ਹੈ ਦੇ ਹੈਡ ਬੀਨ ਫਰੈਂਡਸ ਫਾਰ ਮੋਰ ਦੈਨ 40 ਇਅਰਸ ਲਗਭਗ 40 ਸਾਲਾਂ ਤੋਂ ਪਿਛਲੇ 40 ਸਾਲਾਂ ਤੋਂ ਇੱਕ ਦੂਸਰੇ ਦੇ ਉਹ ਦੋਸਤ ਨੇ ਇਨ देयर ਚਾਈਲਡਹੂਡ ਦੇ ਯੂਜ਼ਡ ਟੂ ਪਲੇ ਟੂਗੇਦਰ ਬਚਪਨ ਦੇ ਵਿੱਚ ਇਕੱਠੇ ਖੇਡਿਆ ਕਰਦੇ ਸੀਗੇ ਉਹ ਬਟ ਵੈਨ ਦੇ ਗ੍ਰੂ ਅਪ ਪਰ ਜਦੋਂ ਉਹ ਵੱਡੇ ਹੋਏ ਦੇ ਰੀਅਰਲੀ ਹੈਡ ਟਾਈਮ ਟੂ ਮੀਟ ਉਹਨਾਂ ਨੂੰ ਮਤਲਬ ਇਕੱਠੇ ਹੋਣ ਦਾ ਮਿਲਣ ਦਾ ਘੱਟੇ ਥੋੜਾ ਸਮਾਂ ਮਿਲਦਾ ਸੀਗਾ ਜਦੋਂ ਵੱਡੇ ਹੋ ਗਏ ਦੇ ਆਰ ਮੀਟਿੰਗ ਬਿਕੇਮ decreased decreased ਹੁੰਦਾ ਮਤਲਬ ਘਟਨਾ ਘਟ ਗਈ ਸੀ ਉਹਨਾਂ ਦੀ ਜਿਹੜੀ ਉਹਨਾਂ ਦੀ ਮੁਲਾਕਾਤ ਹੋਣੀ ਥੋੜੀ ਘਟ ਗਈ ਸੀ ਡਾਕਟਰ ਡਾਕਟਰ ਗੋਪਾਲ ਵਾਸ ਵੈਰੀ ਬਿਜ਼ੀ ਸੌਰੀ ਡਾਕਟਰ ਗੋਪਾਲ ਨਹੀਂ ਡਾਕਟਰ ਰਮਨ ਡਾਕਟਰ ਰਮਨ ਵਾਸ ਵੈਰੀ ਬਿਜ਼ੀ ਬਟ ਸਟਿਲ ਹੀ ਊਡ ਟੇਕ ਟਾਈਮ ਟੂ ਵਿਜ਼ਿਟ ਹਿਸ 올ਡ ਫਰੈਂਡ ਆਫਟਰ 1 অর 2 ਮੰਥਸ ਹਾਲਾਂਕਿ ਡਾਕਟਰ ਜਿਹੜਾ ਰਮਨ ਹੈ ਉਹ ਬਹੁਤ ਜ਼ਿਆਦਾ ਬਿਜ਼ੀ ਸੀਗਾ ਪਰ ਫਿਰ ਵੀ ਉਹ ਟਾਈਮ ਕੱਢਦਾ ਸੀਗਾ ਆਪਣੇ ਦੋਸਤ ਨੂੰ ਮਿਲਣ ਦੇ ਲਈ ਲਗਭਗ ਮਹੀਨੇ ਦੇ ਵਿੱਚ ਇੱਕ ਵਾਰ ਜਾਂ ਫਿਰ ਦੋ ਵਾਰੀ ਦੇ ਹੈਡ ਫਨ ਟੁਗੇਦਰ ਐਂਡ ਰਿਮੈਂਬਰਡ ਥੇਅਰ ਚਾਈਲਡਹੂਡ ਡੇਜ਼ ਮਤਲਬ ਇਕੱਠੇ ਉਹ ਮौज-ਮਸਤੀ ਕਰਦੇ ਤੇ ਆਪਣੇ ਬਚਪਨ ਦੇ ਦਿਨ ਨੇੜੇ ਉਹ ਯਾਦ ਕਰਦੇ ਸੀਗੇ ਵਾਂਸ ਗੋਪਾਲ ਗਾਟ ਵੈਰੀ ਸਿਕ ਐਂਡ ਡਾਕਟਰ ਰਮਨ ਗੇਵ ਹਿਮ ਫਾਲਸ ਹੋਪ ਥੈਟ ਹੀ ਊਡ ਸਰਵਾਈਵ ਇੱਕ ਵਾਰ ਕੀ ਹੁੰਦਾ ਗੋਪਾਲ ਜਿਹੜਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਔਰ ਡਾਕਟਰ ਰਮਨ ਨੂੰ ਜਦੋਂ ਬੁਲਾਇਆ ਜਾਂਦਾ ਹੈ ਡਾਕਟਰ ਰਮਨ ਉਸ ਨੂੰ ਇੱਕ ਝੂਠੀ ਜਿਹੀ ਤਸੱਲੀ ਦਿੰਦਾ ਹੈ ਕਿ ਉਹ ਬਚ ਜਾਵੇਗਾ ਹਾਲਾਂਕਿ ਉਸਦੇ ਬਚਣ ਦੀ ਉਮੀਦ ਨਹੀਂ ਸੀਗੀ ਬਟ ਵੈਨ ਗੋਪਾਲ ਰੀਅਲੀ ਸਰਵਾਈਵਡ ਪਰ ਜਦੋਂ ਗੋਪਾਲ ਸੱਚਮੁੱਚ ਹੀ ਬਚ ਜਾਂਦਾ ਡਾਕਟਰ ਰਮਨ ਦੇ ਕਹਿਣ ਤੇ ਡਾਕਟਰ ਰਮਨ ਵਾਸ ਵੈਰੀ ਹੈਪੀ ਐਂਡ ਸਰਪ੍ਰਾਈਜ਼ਡ ਡਾਕਟਰ ਰਮਨ ਬਹੁਤ ਜ਼ਿਆਦਾ ਸਰਪ੍ਰਾਈਜ਼ਡ ਵੀ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਖੁਸ਼ ਵੀ ਹੁੰਦਾ ਹੈ देयर ਫਰੈਂਡਸ਼ਿਪ ਵਾਸ ਟਰੂਲੀ ਐਨ ਐਗਜ਼ਾਮਪਲ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਆਪਸੀ ਦੋਸਤੀ ਸੀ ਸੱਚਮੁੱਚ ਹੀ ਸੱਚਮੁੱਚ ਹੀ ਉਹ ਇੱਕ ਮਿਸਾਲ ਸੀਗੀ ਸੋ ਅੱਗੇ ਦੇਖੋ ਆਪਣਾ ਨੈਕਸਟ ਦੇਖੋ ਫੋਰਥ ਸ਼ਾਰਟ ਕੁਐਸਚਨ ਹਾਊ ਵਾਸ ਗੋਪਾਲ ਸੇਵਡ ਜਿਹੜਾ ਗੋਪਾਲ ਉਸ ਨੂੰ ਕਿਸ ਤਰ੍ਹਾਂ ਬਚਾਇਆ ਗਿਆ ਕਿਸ ਤਰ੍ਹਾਂ ਬਚਿਆ ਜਿਹੜਾ ਗੋਪਾਲ ਹੈ ਕਿਵੇਂ ਬਚਿਆ ਸੋ ਦੇਖੋ ਆਨਸਰ ਸਟਾਰਟ ਕਰਦੇ ਆ ਡਾਕਟਰ ਰਮਨ ਐਂਡ ਗੋਪਾਲ ਵਰ ਬੈਸਟ ਫਰੈਂਡਸ ਦੋਨੋਂ ਹੀ ਬੈਸਟ ਫਰੈਂਡ ਸੀਗੇ ਗੋਪਾਲ ਅਤੇ ਰਮਨ ਵਾਂਸ ਗੋਪਾਲ ਵਿਕੇਮ ਵੈਰੀ ਇਲ ਜਿਹੜਾ ਗੋਪਾਲ ਹੈ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਇੱਕ ਦਿਨ ਉਹ ਡਾਕਟਰ ਰਮਨ ਵਾਸ ਕਾਲਡ ਟੂ ਟ੍ਰੀਟ ਹਿਮ ਉਸ ਦੀ ਇਲਾਜ ਕਰਨ ਦੇ ਲਈ ਉਸ ਦਾ ਡਾਕਟਰ ਰਮਨ ਨੂੰ ਬੁਲਾਇਆ ਗਿਆ ਵੈਨ ਡਾਕਟਰ ਰਮਨ ਸੋ ਗੋਪਾਲਸ ਕੰਡੀਸ਼ਨ ਜਦੋਂ ਡਾਕਟਰ ਰਾਮਨ ਨੇ ਗੋਪਾਲ ਦੀ ਜਿਹੜੀ ਕੰਡੀਸ਼ਨ ਹੈ ਉਹ ਦੇਖੀ ਹੀ ਫਾਊਂਡ ਆਊਟ ਥੈਟ ਗੋਪਾਲ ਊਡ ਨਾਟ ਸਰਵਾਈਵ ਉਹ ਤਾਂ ਉਸਨੇ ਇਹ ਦੇਖਿਆ ਕਿ ਜਿਹੜਾ ਗੋਪਾਲ ਹੈ ਉਸਨੂੰ ਲੱਗਿਆ ਕਿ ਜਿਆਦਾ ਲੰਬਾ ਸਮਾਂ ਉਹ ਜਿਉਂਦਾ ਨਹੀਂ ਰਹੇਗਾ ਗੋਪਾਲ ਮਰ ਜਾਵੇਗਾ ਉਸ ਦੀ ਹਾਲਤ ਹੈ ਜਿਹੜੀ ਗੰਭੀਰ ਸੀ ਡਾਕਟਰ ਰਾਮਨ ਡਿਡਨਟ ਹਾਈਡ ਦਾ ਟਰੂਥ ਫਰਮ ਹਿਸ ਪੇਸ਼ੈਂਟਸ ਜਿਹੜਾ ਡਾਕਟਰ ਰਮਨ ਹੈ ਉਹ ਆਪਣੇ ਪੇਸ਼ੈਂਟ ਦੇ ਕੋਲੋਂ ਜਿਹੜਾ ਸਚਾਈ ਹੈ ਉਹ ਨਹੀਂ ਲੁਕਾਉਂਦਾ ਸੀਗਾ ਬਟ ਥਿਸ ਟਾਈਮ ਪਰ ਇਸ ਵਾਰ ਡਾਕਟਰ ਰਮਨ ਕੁਡਨਟ ਸਪੀਕ ਦਾ ਟਰੁਥ ਬਿਕੋਜ਼ ਗੋਪਾਲ ਵਾਸ ਹਿਸ ਬੈਸਟ ਫਰੈਂਡ ਪਰ ਇਸ ਵਾਰ ਜਿਹੜਾ ਡਾਕਟਰ ਰਮਨ ਹੈ ਉਹ ਸਚਾਈ ਮਤਲਬ ਨਹੀਂ ਕਹਿ ਸਕਿਆ ਕਿਉਂਕਿ ਜਿਹੜਾ ਗੋਪਾਲ ਸੀਗਾ ਉਸ ਦਾ ਬੈਸਟ ਫਰੈਂਡ ਸੀ ਔਰ ਉਸ ਨੂੰ ਉਹ ਕਿਸ ਤਰ੍ਹਾਂ ਕਹਿ ਦੇਵੇ ਕਿ ਤੂੰ ਮਰੇਗਾ ਬਟ ਵੈਨ ਗੋਪਾਲ ਆਸਕਡ ਫਰੋਮ ਰਮਨ ਅਬਾਊਟ ਹਿਸ ਕੰਡੀਸ਼ਨ ਜਦੋਂ ਗੋਪਾਲ ਨੇ ਉਸਦੀ ਕੰਡੀਸ਼ਨ ਦੇ ਬਾਰੇ ਪੁੱਛਿਆ ਉਸ ਨੂੰ ਡਾਕਟਰ ਰਾਮਨ ਨੂੰ ਕਿ ਮੈਂ ਬਚੂਗਾ ਜਾਂ ਨਹੀਂ ਬਚੂਗਾ then ਡਾਕਟਰ ਰਾਮਨ ਗੇਵ ਫਾਲਸ ਹੋਪ ਟੂ ਗੋਪਾਲ that he would survive ਤਾਂ ਜਿਹੜਾ ਡਾਕਟਰ ਰਾਮਨ ਹੈ ਉਸਨੇ ਗੋਪਾਲ ਨੂੰ ਫਾਲਸ ਹੋਪ ਜਿਹੜੀ ਝੂਠੀ ਤਸੱਲੀ ਦਿੱਤੀ ਕਿ ਉਹ ਬਚ ਜਾਵੇਗਾ ਗੋਪਾਲ ਫੁਲੀ ਟਰਸਟਡ ਇਨ ਡਾਕਟਰ ਰਾਮਨਸ ਵਰਡਸ ਜਿਹੜਾ ਡਾਕਟਰ ਜਿਹੜਾ ਸੌਰੀ ਗੋਪਾਲ ਹੈ ਉਹ ਡਾਕਟਰ ਰਾਮਨ ਦੇ ਸ਼ਬਦਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀਗਾ ਥੱਜ ਡਾਕਟਰ ਰਮਨਜ਼ ਵਰਡਸ ਇਸ ਤਰ੍ਹਾਂ ਡਾਕਟਰ ਰਮਨ ਦੇ ਸ਼ਬਦਾਂ ਨੇ ਪਰਫਾਰਮਡ ਪਰਫਾਰਮਡ ਕੀਤਾ ਪਰਫਾਰਮਡ ਅ ਮੈਰਕਲ ਮੈਰਕਲ ਹੁੰਦਾ ਕੋਈ ਜਾਦੂ ਕਰਨਾ ਜਿਸ ਤਰ੍ਹਾਂ ਚਮਤਕਾਰ ਕਰਨਾ ਮੈਰਕਲ ਐਂਡ ਗੋਪਾਲ ਸਰਵਾਈਵਡ ਇਸ ਤਰ੍ਹਾਂ ਡਾਕਟਰ ਰਮਨ ਦੇ ਸ਼ਬਦਾਂ ਨੇ ਇੱਕ ਚਮਤਕਾਰ ਕੀਤਾ ਤੇ ਡਾਕਟਰ ਜਿਹੜਾ ਆਪਣਾ ਗੋਪਾਲ ਹੈ ਉਹ ਕੀ ਹੈ ਉਹ ਬਚ ਗਿਆ ਨਹੀਂ ਮਰਿਆ ਸੋ ਡਾਕਟਰ ਰਮਨਜ਼ ਵਰਡਸ ਸੇਵਡ ਗੋਪਾਲ ਇਸ ਤਰ੍ਹਾਂ ਗੋਪਾਲ ਨੂੰ ਕਿਸ ਨੇ ਬਚਾਇਆ ਗੋਪਾਲ ਨੂੰ ਡਾਕਟਰ ਰਮਨ ਦੇ ਸ਼ਬਦਾਂ ਨੇ ਬਚਾਇਆ ਸੋ ਇਸ ਤਰ੍ਹਾਂ ਇਹ ਦੇਖੋ ਸਿਰਫ ਚਾਰ ਹੀ ਸ਼ਾਰਟ ਕੁਐਸਚਨ ਨੇ ਆਪਣੇ ਇਸ ਜਿਹੜੀ ਸਟੋਰੀ ਦੇ ਬਣਦੇ ਨੇ ਸੋ ਆਸਾਨ ਅਤੇ ਥੋੜੇ ਛੋਟੇ ਕਰਕੇ ਲਿਖਣ ਦੀ ਕੋਸ਼ਿਸ਼ ਕਰੀ ਹੈ ਜੇਕਰ ਤੁਹਾਨੂੰ ਪਸੰਦ ਆਏ ਨੇ ਤਾਂ ਵੀਡੀਓ ਨੂੰ ਅੱਗੇ ਲਾਈਕ ਅਤੇ ਸ਼ੇਅਰ ਜਰੂਰ ਕਰੋ ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਅਗਲੀ ਸ਼ਾਰਟ ਸਟੋਰੀ ਦੇ ਸ਼ਾਰਟ ਕੁਐਸਚਨਸ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮਚ